ਇੰਦਰਾ ਗਾਂਧੀ ਦਾ ਅੰਦ ਉਹ ਜਿਹੜਾ ਗੁਰਬਾਣੀ ਦੇ ਐਨ ਫਰਮਾਨ ਦੇ ਉੱਤੇ ਆ ਜਿਹੜੀ ਹੈ ਵਾਪਰੀ ਕਲਾ ਸੀ ਕਿ ਜੈਕਾਰ ਕਿਓ ਫਰਮੀਆਂ ਦਾ ਪਾਪੀ ਕੋ ਡੰਡ ਦਿਓ ਇਹ ਇਹ ਸਾਰਾ ਹਫਤਾ ਲਗ ਪਲ ਦਿੱਲੀ ਸਮੇਤ ਭਾਰਤ ਦੇ ਅੱਡ ਅੱਡ ਗਲੀਆਂ ਚੁਰਾਏ ਸੜਕਾਂ ਕਸਬੇ ਰੇਲਵੇ ਸਟੇਸ਼ਨਾਂ ਟ੍ਰੇਨਾਂ ਬੱਸਾਂ ਔਰ ਹਰ ਥਾਂ ਦੇ ਉੱਤੇ ਜੋ ਸਿੱਖਾਂ ਦੇ ਨਾਲ ਵਾਪਰਿਆ ਸਿੱਖਾਂ ਦੇ ਗੜਾਂ 'ਚ ਟਾਇਰ ਪਾਪ ਆ ਕੇ ਸਾੜਿਆ ਗਿਆ ਜੀ ਔਰ ਪੀੜਾਂ ਜਿਹੜੀਆਂ ਉਹਨਾਂ ਦੇ ਦਿਵਾਲੇ ਇਕੱਠੀਆਂ ਸੀ ਔਰ ਉਹ ਤਾੜੀਆਂ ਮਾਰ ਕੇ ਸੀ ਕਿ ਸਰਦਾਰ ਜੀ ਭੰਗੜਾ ਡਾਲ ਰਹੇ ਕਿੰਨੀ ਵੱਡੀ ਗਿਣਤੀ 'ਚ ਦਿੱਲੀ ਦੇ ਵਿੱਚ ਸਿੱਖਾਂ ਦੀਆਂ ਲਾਸ਼ਾਂ ਡਿੱਗੀਆਂ ਕਿ ਅਗਲੇ ਦਿਨਾਂ ਚ ਉਸ ਕਿਸਮ ਦੀਆਂ ਪਿਕਚਰਜ਼ ਨੇ ਮੀਡੀਆਜ਼ ਕੇ ਕੁੱਤੇ ਜਿਹੜੇ ਨੇ ਉਹ ਗਟਰਸ ਚੋਂ ਦੂਸਰਿਆਂ ਚੋਂ ਲਾਸ਼ਾਂ ਜੜੀਆਂ ਨੇ ਉਹ ਧੂਰ ਹੈ ਨੇ আরাਵਲੀ ਪਹਾੜ ਜਿਹੜੇ ਦਿੱਲੀ ਦੇ ਨਾਲ ਲੱਗਦੇ ਨੇ ਬਹੁਤ ਸਾਰੇ ਜਿਹੜੇ ਡੈਡ ਬਾਡੀਜ਼ ਨੇ ਵੱਡੇ ਵੱਡੇ ਟਰੱਕਾਂ ਚ ਭਰ ਕੇ ਔਰ ਕਿਵੇਂ ਉੱਥੇ ਪਹਾੜ ਤੇ ਜਾ ਕੇ ਉਹਨਾਂ ਨੂੰ ਮਿੱਟੀ ਦਾ ਢੇਲ ਪਾ ਕੇ ਸਾੜਿਆ ਗਿਆ ਇੱਕ ਦਰਜਨ ਦੇ ਕਰੀਬ ਪ੍ਰਾਈਮ ਮਿਨਿਸਟਰ ਇਹਨਾਂ ਟਰਮਸ ਦੇ ਵਿੱਚ ਬਦਲੇ ਜੀ ਔਰ ਉਸ ਦੇ ਨਾਲ-ਨਾਲ ਅਸੀਂ ਦੇਖਦੇ ਆ ਕਿ ਕਿੰਨੇ ਕਮਿਸ਼ਨ ਨੇ ਮਿਸ਼ਰਾ ਕਮਿਸ਼ਨ ਨਾਨਾਵਤੀ ਕਮਿਸ਼ਨ 12 ਦੇ ਕਰੀਬ ਕਮੇਟੀਆਂ ਔਰ ਕਿੰਨੀਆਂ ਹੋਰ ਪੁਲਿਸ ਇਨਵੈਸਟੀਗੇਟਿਵ ਰਿਪੋਰਟਸ ਇਸ ਸਭ ਦੇ باوجود ਤੁਸੀਂ ਦੇਖੋਗੇ ਕਿ ਹਜ਼ਾਰਾਂ 30000 ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਾ ਇੱਕ ਵੀ ਬੰਦਾ ਅਜੇ ਤੱਕ ਫਾਇਲ ਨਹੀਂ ਲੱਗਾ ਸਭ ਤੋਂ ਵੱਡੀ ਟ੍ਰੈਜੇਡੀ ਜਿਹੜੀ ਸਾਡੇ ਲਈ ਸਭ ਤੋਂ ਜ਼ਿਆਦਾ ਪੇਨਫੁੱਲ ਹੁੰਦੀ ਹੈ ਬਿਲਕੁਲ ਉਹ ਤਾਂ ਇਹ ਹੈ ਕਿ ਅਸੀਂ ਇਨਸਾਫ ਦੇਣ ਵਾਲੇ ਸੀ ਤੇ ਅਸੀਂ ਇਨਸਾਫ ਮੰਗ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਵਰਸ ਮਹਾ ਤੁਹਾਡੀ ਹੋਸਟ ਅਨਿਲਮ ਕੋਰ ਤੋਂ ਮੈਂ ਟੀਵੀ 84 ਦੇ ਸਰ ਦਰਸ਼ਕਾਂ ਤੇ ਸ੍ਰੋਤਿਆਂ ਨੂੰ ਜੀ ਆ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੁਸਾਨੇ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਰਾਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਪੈਨਾ ਪ੍ਰਾਵਾ ਨੂੰ ਅਸਲਾਮੁਅਲਿਕ ਜੀ ਡਾਕਟਰ ਸਾਹਿਬ ਜੀ ਅਨੂ ਪ੍ਰੋਗਰਾਮ ਸੱਚੋ ਸੱਚ ਵੇਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 1 ਪਹਿਲੀ ਨਵੰਬਰ 2022 18 ਕ ਤੱਕ ਨਾਨਕਸ਼ਹੀ ਸਮੰਤਪਨ ਸੋਚ 554 ਦਾ ਰੋਹ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪੰਦਰਸ਼ਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾਸੀ ਹੋ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸ਼ੀਨ ਕੇਬਲ ਬੈਲਫਾਪ ਕਮਿਊਨ ਕੈਨੇਡਾ ਰੋਕੂ ਚਾਤੂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਰਸ ਅਰ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰੇਨ ਜੁੜੇ ਹੋ ਤਾਂ ਸਨਮਤ ਵੰਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਰਸ ਹਮੇਸ਼ਾ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਹਰਮੇਲ ਸਿੰਘ ਦੁਸਾਂਝੀਰਾ ਵੱਲੋਂ ਸੋ ਐਨਐਨਏ ਟੀਵੀ ਰਿਪੋਰਟ ਦੇ ਸਮੂਹ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਆਪਸੀ ਵਿਰੋਧ ਅਤੇ ਵਖਰੇਵਿਆਂ ਤੋਂ ਉੱਪਰ ਉੱਠੀਏ ਅਤੇ ਨਰੋਲ ਭਾਵਨਾ ਨੂੰ ਸਮਰਪਿਤ ਹੁੰਦਿਆਂ ਨਿੱਜੀ ਤੌਰ ਤੇ ਆਪਣਾ ਫਰਜ ਪਛਾਨੀਏ ਅਤੇ ਕੌਮੀ ਕਾਰਜਾਂ ਵਿੱਚ ਹਿੱਸਾ ਪਾਈਏ ਜੇ ਕੁਝ ਕਰ ਨਹੀਂ ਸਕਦੇ ਤਾਂ ਘੱਟੋ ਘੱਟ ਵਿਰੋਧਨਾ ਕਰੀਏ ਸਿਧਾਂਤ ਤੇ ਕੰਪਰੋਮਾਈਜ਼ ਨਾ ਕਰਨਾ ਪਰ ਆਪਣੇ ਨਿੱਜੀ ਵੈਰ ਵਿਰੋਧ ਨੂੰ ਜ਼ਰੂਰ त्याਗਣੇ ਪੈਣਗੇ ਜੇ ਅਸੀਂ ਦੁਸ਼ਮਣ ਦੇ वार ਤੋਂ ਬਚਣਾ ਹੈ ਸਾਡਾ ਨੁਕਸਾਨ ਬਹੁਤ ਹੋ ਰਿਹਾ ਹੈ ਅਸੀਂ ਹਕੂਮਤ ਨੂੰ ਮੌਕਾ ਨਾ ਦਈਏ ਸਾਨੂੰ ਐਕਸਪਲੋਇਟ ਕਰਨ ਦਾ ਸੋ ਵਿਊਅਰਸ ਆਹ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਮਿਰ ਸਿੰਘ ਦਸਵਾਂ ਜੀ ਰੰਦਾ ਤੈ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵਾਦ ਵਾਦ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਕਾਰ ਕਰ ਸੀ ਸਾਡੇ ਫੋਨ ਨੰਬਰ ਤੇ 516 6191984 سیم نمبر ਤੇ WhatsApp ਕਰਸ ਦੇੋ ਤੁਸਾਂ ਨੂੰ ኢሜਲ ਵੀ ਕਰਸ ਦੇ ਇਨਫਾ TV@tv.tv ਤੇ ਸੋ ভিউਅਰਸ ਪਹਿਲੇ ਸੱਗਮਨ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਆਂ ਕਿ ਅੱਜ 1 ਨਵੰਬਰ ਦਾ ਦਿਨ ਹੈ ਔਰ 38 ਵਰੇ ਪਹਿਲਾਂ ਦਿੱਲੀ ਸਮੇਤ ਭਾਰਤ ਭਰ ਵਿੱਚ ਕੀਤੀ ਗਈ ਹਜ਼ਾਰਾਂ ਸਿੱਖਾਂ ਦੀ ਨਸਲ ਕੁਸ਼ੀ ਦੀ ਜਿਹੜੀ ਦੁਖਾਂਤ ਹੈ ਉਹ ਯਾਦ ਕਰਵਾਉਂਦਾ ਸੋ ਜੂਨ 84 ਦੇ ਕੱਲੂਕਰ ਨਾਲ ਸੇਕ ਕੌਮ ਦੇ ਖਿਲਾਫ ਭਾਰਤੀ ਹਕੂਮਤ ਵੱਲੋਂ ਸਿੱਖ ਕੌਮ ਦੇ ਸਰਵਨਾਸ਼ ਨੂੰ ਟੋਟਲ ਵਾਰ ਨੂੰ 38 ਵਰੇ ਪਿੱਛੇ ਹਨ ਸੋ ਇੱਕ ਤੋਂ ਬਾਅਦ ਇੱਕ ਕਲੂਕਾਰਾ ਵਰਤਾਇਆ ਗਿਆ ਹੈ ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਸਿੱਖ ਨਸਲ ਕੁਸ਼ੀ ਦੇ ਸ਼ਿਕਾਰ ਮਾਸੂਮ ਬੇਗੁਨਾਹ ਲੋਕਾਂ ਨੂੰ ਸਮਰਪਿਤ ਕਰਦੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂਨ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਬਤ ਆਪੋਪੋ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਅ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰਨ ਲਈ ਅਸੀਂ ਵੀਰ ਹਰਮੇਲ ਸਿੰਘ ਜੀ ਜਿਹੜੇ ਬੜੇ ਪਿਆਰੇ ਗੁਰਸਿੱਖ ਨੇ ਜੀ ਖੁਦ 1970ਵਿਆਂ ਤੋਂ ਹੀ ਜਦੋਂ ਪੰਜਾਬ ਦੇ ਵਿੱਚ ਇਹ ਕਾਲਜ ਚ এডਿਕੇਸ਼ਨ ਲੈਂਦੇ ਸੀ ਸਟਰਗਲ ਦੇ ਵੱਲ ਆਏ ਔਰ ਜੈਨਰਸ ਨੇ ਹਮੇਸ਼ਾ ਹੀ ਟੀਵੀ 84 ਦੇ ਲਈ ਜੀ ਦੁਆਬਾ ਸਿਕ ਐਸੋਸੀਏਸ਼ਨ ਦੇ ਨਾਲ ਅਫੀਲੀਏਟ ਨੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਚ ਪਿਛਲੇ 30-35 ਸਾਲ ਤੋਂ ਉਹਨਾਂ ਦੀਆਂ ਵੱਡੀਆਂ ਸੇਵਾਵਾਂ ਨੇ ਬਿਲਕੁਲ ਔਰ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕੀਤਾ ਹੈ ਔਰ ਅੱਜ ਦਾ ਇਹ ਪ੍ਰੋਗਰਾਮ ਔਰ ਲਗਭਗ ਨਵੰਬਰ ਦਾ ਇਹ ਸਾਰਾ ਹੀ ਹਫਤਾ ਜਿਹੜਾ ਇੱਕ ਖਾਸ ਬਿਸ਼ਕ ਦੁਖਾਂਤ ਦੀ ਯਾਦ ਕਰਵਾਂਦਾ ਹੈ ਬਿਲਕੁਲ ਪਰ ਅਸੀਂ ਇਹ ਸਮਝਦੇ ਹਾਂ ਕਿ ਦੁਖਾਂਤ ਚੋਂ ਹੀ ਕੌਮਾਂ ਦੀ ਜੇ ਅਵੇਅਰਨੈਸ ਨਿਕਲੇ ਕੌਮਾਂ ਦੇ ਅੰਦਰ ਅਵੇਕਨਿੰਗ ਆਏ ਫੇਰ ਉਹ ਦੁਖਾਨ ਤੁਹਾਡੇ ਲਈ ਕ੍ਰੀਏਟਿਵ ਹੋ ਨਿਬੜਦੇ ਨੇ ਜਿਵੇਂ ਅਸੀਂ ਅਕਸਰ 18ਵੀਂ ਸਦੀ ਚ ਜਦੋਂ ਇੱਕ ਤੋਂ ਬਾਅਦ ਇੱਕ ਦਿੱਲੀ ਦਾ ਲਾਹੌਰ ਦਾ ਹੁਕਮਰਾਨ ਉਹਨਾਂ ਦਾ ਸੂਬੇਦਾਰ ਉਹਨਾਂ ਦੇ ਅੱਗੋਂ ਜਿਹੜੇ ਕਰਿੰਦੇ ਸੀ ਉਹ ਸਿੱਖਾਂ ਦੇ ਸਿਰਾਂ ਦਾ ਮੁੱਲ ਜਨਾ ਨੇ ਰੱਖਿਆ ਹੋਇਆ ਸੀ ਔਰ ਥਾਂ-ਥਾਂ ਸਿੱਖਾਂ ਦਾ ਸ਼ਿਕਾਰ ਕਰਦੇ ਸੀ ਜੀ ਤੇ ਉਦੋਂ ਸਿੱਖ ਬੜੇ ਵਜਨ ਦੇ ਵਿੱਚ ਉਹਨਾਂ ਨੂੰ ਡਿਫਾਈ ਕਰਦੇ ਆ ਇਹ ਪੜਦੇ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਤੂਣ ਸਵਾਇ ਕੋਏ ਸੋ ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੱਲੂ ਘਾਰਿਆਂ ਨੇ ਕੌਮ ਦੇ ਰਿਜ਼ੋਲਵ ਨੂੰ ਕਦੇ ਕਮਜ਼ੋਰ ਨਹੀਂ ਕੀਤਾ ਉਸ ਚੋਂ ਅਸੀਂ ਹੋਰ ਵੀ ਜਦੋਂ ਵੱਡਾ ਕੱਲੂ ਘਾਰਾ ਵਾਪਰਦਾ ਹੈ ਔਰ ਜੇਸਤੇ ਵਿੱਚ ਇੱਕ ਦਿਨ ਦੇ ਵਿੱਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ ਭਜਗੀ ਭਜੰਗਣਾ ਸ਼ਹੀਦ ਹੋ ਗਏ ਸੀ ਬਿਲਕੁਲ ਤੇ ਰਹਿਰਾਸ ਦੇ ਦਿਵਾਨ ਤੋਂ ਬਾਅਦ ਜਦੋਂ ਪੰਥ ਰਹਿਰਾਸ ਕਰਕੇ ਜਿਹੜੇ ਵੀ ਸਰਵਾਈਵਲ ਸੀ ਉਹੀ ਪੰਥ ਸੀ ਉਹਨਾਂ 'ਚ ਇੱਕ ਉਦਾਸੀ ਸੀ ਔਰ ਕੋਈ ਵੀ ਜਿਹੜਾ ਸਰਵਾਈਵਰ ਵੀ ਸੀ ਉਹਨਾਂ 'ਚ ਐਸਾ ਕੋਈ ਨਹੀਂ ਸੀ ਜਿਸ ਦਾ ਵਜੂਦ ਦੇ ਉੱਤੇ ਜਿਸ ਦੇ ਸਰੀਰ ਦੇ ਉੱਤੇ ਕੋਈ ਜ਼ਖਮ ਨਾ ਹੋਏ ਹੋਣ ਖਾਲਸੇ ਦੇ ਜਰਨੈਲ ਸਰਦਾਰ ਜਸਾ ਸਿੰਘ ਆਲੂਆੜੀਆ ਉਹਨਾਂ ਦੇ ਬदन ਦੇ ਉੱਤੇ ਵੀ 22 ਫੱਟ ਸੀ ਔਰ ਸਭ ਦੇ ਕੱਪੜੇ ਚੋੜੇ ਖੂਨ ਦੇ ਨਾਲ ਲਤਪਤ ਸੀ ਜੀ ਔਰ ਰਾਸ ਦੇ ਦੀਵਾਨ ਤੋਂ ਬਾਅਦ ਇੱਕ ਬਜ਼ੁਰਗ ਨਿਹੰਗ ਸਿੰਘ ਜਿਹੜਾ ਖੁਦ ਜ਼ਖਮੀ ਸੀ ਉਹ ਖਲੋਤਾ ਤੇ ਉਸ ਨੇ ਜਿਹੜਾ ਹੈ ਬੜੇ ਹੋਪ ਦੇ ਨਾਲ ਵੰਗਾਰ ਕੇ ਇਹ ਕਿਹਾ ਕਿ ਖਾਲਸਾ ਜੀ ਗੁਰੂ ਨੇ ਕੁਠਾੜੀ ਪ੍ਰੀਖਿਆ ਪਾਈ ਸੀ ਖੋਟ ਝੜ ਗਿਆ ਕੁੰਦਨ ਰਹਿ ਗਿਆ ਉਹਨੂੰ ਕੁਠਾਲੀ ਉਹ ਫਰਨਸ ਹੈ ਜਿਹਦੇ ਵਿੱਚ ਸੁਨਿਆਰ ਜਦੋਂ سونے ਨੂੰ ਫਾਈਨਲ ਉਸ ਚ ਕੋਟ ਕੱਢਦਾ ਹੈ ਤੇ ਸੋਨਾ ਅੱਗ ਦੇ ਵਿੱਚ ਪਾਇਆ ਜਾਂਦਾ ਹੈ ਬਿਲਕੁਲ ਔਰ ਜਿਉਂ-ਜਿਉਂ ਜਿਹੜਾ ਸ਼ੁੱਧ ਸੋਨਾ ਹੁੰਦਾ ਹੈ ਪਿਓਰ ਸੋਨਾ ਹੁੰਦਾ ਹੈ ਖਾਲਸ ਸੋਨਾ ਹੁੰਦਾ ਹੈ ਉਹ ਅੱਗ ਦੇ ਵਿੱਚ ਹੋਰ ਵੀ ਚਮਕਦਾ ਹੈ ਉਸ ਦਾ ਕੋਟ ਛੱਡ ਜਾਂਦਾ ਸੋ ਸਿੱਖ ਉਸ ਜ਼ਮਾਨੇ 'ਚ ਵੀ ਸਰੀਰ ਨੂੰ ਖੋਟਾ ਮੰਨਦੇ ਸੀ ਕਿ ਭਾਈ ਇਹਨੇ ਪਤਾ ਨਹੀਂ ਕਿੱਥੇ ਸਾਡੀ ਵਿਥ ਰੱਬ ਨਾਲ ਪਵਾ ਦੇਣੀ ਹੈ ਔਰ ਗੁਰਬਾਣੀ 'ਚ ਵੀ ਅਸੀਂ ਪੜਦੇ ਹਾਂ ਕਿ ਇਸ ਮਨਕ ਖੋਟਹਰ ਦਾ ਨਹੀਂ ਵਿਸਾਸ ਇਹ ਖੋਟਾ ਹੈ ਔਰ ਜਦੋਂ ਗੁਰੂ ਦੇ ਲੇਖੇ ਲੱਗ ਜਾਂਦੇ ਸੀ ਕਹਿੰਦੇ ਸੀ ਨਹੀਂ ਇਹ ਖੋਟਾ ਸਰੀਰ ਹੁਣ ਸੁੱਚਾ ਹੋ ਜਾਏਗਾ ਕਿਉਂਕਿ ਗੁਰੂ ਦੇ ਇਹ ਅਰਪਣ ਹੋ ਗਏ ਸੋ ਇਹ ਸਪਿਰਿਟ ਸੀ ਕਿ ਭਾਈ ਇਹ ਗੁਰੂ ਦੀ ਪ੍ਰੀਖਿਆ ਸੀ ਔਰ ਖੋਟ ਛੱਡ ਗਿਆ ਇਹ ਜਿਹੜੇ ਇੱਕ ਸਰੀਰਾਂ ਦਾ ਜਾਣ ਹੈ ਇਹ ਰਾਦਰ ਗੁਰੂ ਦੀ ਰਹਿਮਤ ਹੈ ਕਿ ਇਹਨਾਂ ਦੇ ਸਰੀਰ ਜਿਹੜੇ ਨੇ ਪਰਵਾਣ ਹੋਏ ਨੇ ਕੁੰਦਨ ਰਹਿ ਗਿਆ ਜਿਹੜਾ ਖਾਲਸਾ ਹੀ ਸਿਧਾਂਤ ਹੈ ਸਿੱਖੀ ਪ੍ਰਿੰਸੀਪਲਸ ਨੇ ਉਹਨਾਂ ਨੂੰ ਅਸੀਂ ਕੈਰੀ ਕਰਾਂਗੇ ਸੋ ਅਸੀਂ ਇਸ ਸਪਿਰਿਟ ਦੇ ਮਾਲਕ ਹੈ ਪਰ ਫਿਰ ਵੀ ਜਦੋਂ ਉਹ ਦਿਨ ਆਉਂਦੇ ਨੇ ਜਦ ਜਨਾ ਨੇ ਸਾਡੇ ਨਾਲ ਜੋ ਵਰਤਾਰਾ ਕੀਤਾ ਕਹਾਣੀ ਤਾਂ 15 ਅਗਸਤ 1947 ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਬ੍ਰਾਹਮਣਵਾਦੀ ਤਾਕਤਾਂ ਦੇ ਹੱਥ ਪਹਿਲੀ ਵਾਰ ਸਿੱਖ ਇਤਿਹਾਸ ਦੇ ਵਿੱਚ ਸਿੱਖ 554 ਸਾਲ ਸਿੱਖ ਕੌਮ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਇਹ ਸਿੱਖ ਕੌਮ ਦੀ ਅ ਜਿਹੜੀ ਹੈ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਬਿਲਕੁਲ ਔਰ ਇਸ ਸਾਰੇ ਪੀਰੀਅਡ ਚ ਬ੍ਰਾਹਮਣਵਾਦੀਆਂ ਦੇ ਕੋਲ ਕਦੇ ਪੋਲੀਟੀਕਲ ਪਾਵਰ ਨਹੀਂ ਸੀ ਆਈ ਔਰ ਇਹਨਾਂ ਦੇ ਕੋਲ ਪਾਵਰ ਆਈ ਹਮ ਕਿਨਾਂ ਹਾਲਾਤਾਂ ਚ ਸਿੱਖਾਂ ਨੇ ਸਿੱਖ ਲੀਡਰਸ਼ਿਪ ਨੇ ਆਪਣਾ ਆਪਾ ਇਹਨਾਂ ਦੇ ਹਵਾਲੇ ਕੀਤਾ ਉਸ ਲਈ ਤਾਂ ਇਹ ਸ਼ਹਿਰ ਜਿਹੜਾ ਮੈਂ ਹਮੇਸ਼ਾ ਹੀ ਕੋਟ ਕਰਦਾ ਸ਼ਾਇਦ ਸਾਡੇ ਬਹੁਤ ਸਾਰੇ ਵਿਊਰਜ਼ ਨੂੰ ਵੀ ਯਾਦ ਹੋ ਗਿਆ ਹੋਵੇਗਾ ਪਰ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਹੈ ਜਦੋਂ ਤੁਸੀਂ ਈਵਨ ਨਵੀਂ ਜਨਰੇਸ਼ਨ ਨੂੰ ਵੀ ਇਸ ਸਮਝਾਣਾ ਹੈ ਕਿ ਅਸੀਂ ਨਵੰਬਰ 84 ਦੀ ਗੱਲ ਕਰ ਰਹੇ ਹਾਂ ਕੱਲੂਖਾਰੇ ਦੀ ਗੱਲ ਕਰ ਰਹੇ ਹਾਂ ਇਹ ਕੀ ਹੈ ਕੱਲੂਖਾਰਾ ਜ ਜ ਅਸੀਂ ਕਿਵੇਂ ਇਹਨਾਂ ਦੇ ਵਸਪੈ ਤੇ ਫਿਰ 47 ਦਾ ਦੌਰ ਇਹ ਯਾਦ دہਾਨੀ ਕਰਵਾਉਂਦਾ ਹੈ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ ਜਬ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਕਿ ਜਿਹੜੀ ਸੈਕੰਡਸ ਦੀ ਕੀਤੀ ਹੋਈ ਗਲਤੀ ਹੁੰਦੀ ਹੈ ਉਧਖ ਮਿਆਜ਼ਾ ਕਿਵੇਂ ਫਿਰ ਕਈ ਪੀੜ੍hiyan ਭੁਗਤੀਆਂ ਨੇ ਸਦੀਆਂ ਤੱਕ ਉਸ ਦੀ ਮਾਰ ਨੂੰ ਸਹਿਣਾ ਪੈ ਸਕਦਾ 75 ਸਾਲ ਤੋਂ ਅਸੀਂ ਸਹਿ ਰਹੇ ਹਾਂ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਸ਼ਮਨ ਜਿਸ ਹੱਦ ਤੱਕ ਮਕਾਰੀ ਨਾਲ ਜ਼ੁਲਮ ਨਾਲ ਔਰ ਉਹਨਾਂ ਦੇ ਸਾਰੇ ਹੀ ਜਿਹੜੇ ਇੱਕ ਸ਼ੈਤਾਨ ਦੇ ਕੈਰੈਕਟਿਸਟਿਕ ਬਿਆਨੇ ਹੋਏ ਨੇ ਜਿਹੜੀਆਂ ਮਜ਼ਬੀ ਕਿਤਾਬਾਂ ਨੇ ਉਹਨਾਂ ਦੇ ਵਿੱਚ ਇਹ ਸ਼ੈਤਾਨ ਪੂਰੀ ਤਰ੍ਹਾਂ ਜਿਹੜਾ ਉਸ ਦੇ ਵਿੱਚ ਫਿੱਟ ਹੁੰਦਾ ਔਰ ਇਹ 75 ਸਾਲਾਂ ਦੀ ਕਹਾਣੀ ਔਰ ਜਿਵੇਂ ਤੁਸੀਂ ਕਿਹਾ ਕਿ ਜੂਨ ਦੇ ਪਹਿਲੇ ਹਫਤੇ 1984 ਦੇ ਵਿੱਚ ਜਿਹੜੀ ਟੋਟਲ ਵਾਰ ਸਰਵਨਾਸ਼ ਦੀ ਵਾਰ ਜਦੋਂ ਅਸੀਂ ਟੋਟਲ ਵਾਰ ਕਹਿੰਦੇ ਆ ਤਾਂ ਫਿਰ ਹਰ ਲੈਵਲ ਦਾ ਜਿਹੜਾ ਜੈਨੋਸਾਈਡ ਹੈ ਫਿਜ਼ੀਕਲ ਕਲਚਰਲ ਸੋਸ਼ਲ ਇਕਨੋਮਿਕਲ ਮੈਂਟਲ ਹਰ ਲਿਹਾਜ਼ ਨਾਲ ਜਿਹਨੂੰ ਲਾਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੀ ਲਾਈਨ ਉਹ ਇਹਨਾਂ ਨੇ ਸਾਡੇ ਤੇ ਟੋਟਲ ਵਾਰ ਜਿਹੜੀ ਆ ਉੱਪਰ ਪਾ ਕੀਤੀ ਟੋਟਲ ਵਾਰ ਸਾਡੇ ਉੱਤੇ ਥੋਪੀ ਗਈ ਔਰ ਜ਼ਾਹਰ ਸੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਆ ਪਾਪਣ ਕਿਉਂ ਇੰਦਰਾ ਗਾਂਧੀ ਦਾ ਅੰਤ ਔਰ ਜਿਹੜਾ ਗੁਰਬਾਣੀ ਦੇ ਇਹਨ ਫਰਮਾਨ ਦੇ ਉੱਤੇ ਆ ਜਿਹੜੀ ਹੈ ਵਾਪਰੀ ਕਲਾ ਸੀ ਕਿ ਜੈਕਾਰ ਕਿਉ ਪਰ ਮੀਆਂ ਦਾ ਪਾਪੀ ਕੋ ਡੰਡ ਦਿਓ ਹੈ ਉਸ ਨੂੰ ਸਜ਼ਾ ਯਾਫਤਾ ਕਰਨ ਦੀ ਗੱਲ ਕੀਤੀ ਔਰ ਫਿਰ ਜਿਹੜਾ ਇਹ ਸਾਰਾ ਹਫਤਾ ਲਗਭਗ ਦਿੱਲੀ ਸਮੇਤ ਭਾਰਤ ਦੇ ਅਡਡ ਗਲੀਆਂ ਚੁਰਾਆਂ ਸੜਕਾਂ ਕਸਬਿਆਂ ਰੇਲਵੇ ਸਟੇਸ਼ਨਾਂ ਟ੍ਰੇਨਾਂ ਬੱਸਾਂ ਔਰ ਹਰ ਥਾਂ ਦੇ ਉੱਤੇ ਜੋ ਸਿੱਖਾਂ ਦੇ ਨਾਲ ਵਾਪਰਿਆ ਹੁਣ ਤਾਂ ਜਿਹੜਾ ਪੈنسਿਲਵੇਨੀਆ ਸਟੇਟ ਦਾ ਰੈਜ਼ੋਲੂਸ਼ਨ ਹੋਏ ਜਾਂ ਇਵਨ ਨਿਊ ਜਰਸੀ ਦਾ ਹੋਏ ਜਾ ਪਿੱਛੇ ਜਿਹੜਾ ਇੱਕ ਸੈਨੇਟਰ ਜਿਨ੍ਹਾਂ ਨੇ ਆਪਣੀ ਆਵਾਜ਼ ਚੁੱਕੀ ਹੈ ਪੈਂਸਿਲਵੇਨੀਆ ਤੋਂ ਸੈਨੇਟ ਦੇ ਵਿੱਚ ਉਹ ਰਫਲੀ ਗਿਣਤੀ ਜਿਹੜੀ ਹੈ ਇਸ ਹਫ਼ਤੇ ਸਿੱਖਾਂ ਦੀ ਨਸਲ ਕੁਸ਼ੀ ਚ 30000 ਤੋਂ ਜ਼ਿਆਦਾ ਸਿੱਖ ਜਿਨ੍ਹਾਂ ਚ ਵੱਡੀ ਗਿਣਤੀ ਚ ਮਾਸੂਮ ਬੱਚੇ ਬੱਚੀਆਂ ਵੀ ਸ਼ਾਮਲ ਨੇ ਜਿਸ ਦੇ ਵਿੱਚ ਹਜ਼ਾਰਾਂ ਸਿੱਖ ਬੀਬੀਆਂ ਇਹਨਾਂ ਹਿੰਦੂ ਤਵੀ ਭੀੜਾਂ ਦੀ ਦੇ ਜ਼ਬਰ ਜ਼ਿੰਦਾਂ ਦਾ ਸ਼ਿਕਾਰ ਹੋਈਆਂ ਕਿਵੇਂ ਬਿਲੀਅਨਸ ਆਫ ਡਾਲਰਸ ਦੀ ਸਖਾਂ ਦੀ ਪ੍ਰਾਪਰਟੀ ਲੁੱਟੀ ਗਈ ਕਿਵੇਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਗੁਰਦੁਆਰਿਆਂ ਦੇ ਉੱਤੇ ਹਮਲੇ ਹੋਏ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਹਰਮਤੀ ਹੋਈ ਅੱਛਾ ਔਰ ਕੱਲੇ ਦਿੱਲੀ ਸ਼ਹਿਰ ਦੇ ਵਿੱਚ ਇਹਨਾਂ 4-5 ਦਿਨਾਂ ਦੇ ਵਿੱਚ ਲਗਭਗ 8 ਤੋਂ 10 ਹਜ਼ਾਰ ਸਿੱਖਾਂ ਦਾ ਹਾਲਾਂ ਡਾਕੂਮੈਂਟਡ ਬਹੁਤ ਵਾਰੀ 4 ਹਜ਼ਾਰ ਦੀ ਗੱਲ ਹੁੰਦੀ ਹੈ ਲੇਕਿਨ ਪੂਰੇ ਦੇ ਪੂਰੇ ਟੱਬਰਾਂ ਦੇ ਟੱਬਰ ਘਰਾਂ ਦੇ ਘਰ ਆਬਾਦੀਆਂ ਦੀਆਂ ਆਬਾਦੀਆਂ ਤਰਲੋਕਪੁਰੀ ਮੰਗੋਲਪੁਰੀ ਸੁਲਤਾਨਪੁਰੀ ਵਾਈਪ ਆਊਟ ਕਰ ਦਿੱਤੀਆਂ ਗਈਆਂ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਵੀ ਵਿਡੋ ਕਲੋਨੀ ਦੇ ਵਿੱਚ ਬੈਠੀਆਂ ਸਿੱਖ ਔਰਤਾਂ ਇਹ ਦੱਸ ਰਹੀਆਂ ਨੇ ਕਿ ਪੋਲਿਟੀਕਲ ਪਾਵਰ ਜਿਨ੍ਹਾਂ ਜ਼ਾਲਮਾਂ ਦੇ ਹੱਥ 'ਚ ਹੈ ਉਹ ਕਿਵੇਂ 38 ਵਰਿਆਂ ਤੋਂ ਇਸ ਦੇ ਬਾਵਜੂਦ ਕੇ ਲਗਾਤਾਰ ਉਹਨਾਂ ਨੇ ਆਪਣੀ ਕਾਨੂੰਨੀ ਲੜਾਈ ਲੜੀ ਕੱਲਾਏ ਨਹੀਂ ਹੈ ਕਿ حکومਤੀ ਨਿظام ਜਹਾ ਰਜੀਵ ਗਾਂਧੀ ਜੀ ਇਸ ਨੇ ਉਹ ਇੱਕ ਕਿਲਿੰਗ ਸਕਵਾਡ ਆਪਣੇ ਜਿਹੜੇ ਐਮਪੀਸੀ ਆਪਣੇ ਕਾਂਗਰਸ ਦੇ ਆਗੂ ਸੀ ਉਹਨਾਂ ਦਾ ਬਣਾਇਆ ਜਿਨ੍ਹਾਂ ਦੇ ਵਿੱਚ ਐਚ ਕੇ ਐਲ ਭਗਤ ਸਜਨ ਕੁਮਾਰ ਜਗਪਦੀਸ਼ ਟਾਈਟਲਰ ਪ੍ਰਕਾਸ਼ ਸ਼ਾਸਤਰੀ ਜਾਂ ਜੇਲ੍ਹਾਂ ਚੋਂ ਵੀ ਕ੍ਰਿਮੀਨਲਸ ਨੂੰ ਬਾਹਰ ਲਿਆਂਦਾ ਗਿਆ ਕਿਵੇਂ ਭਜਨ ਲਾਰ ਐਂਡ ਕੰਪਨੀ ਨੇ ਕੋ ਚੱਲੜ ਵਰਗੇ ਥਾਵਾਂ 'ਚ ਹਰਿਆਣੇ ਦੇ ਵਿੱਚ ਜਿੱਥੇ ਪੂਰੇ ਪਿੰਡ ਸਾਫ਼ ਕਰ ਦਿੱਤੇ ਸਿੱਖਾਂ ਦੇ ਔਰ ਉੱਥੋਂ ਕਿਵੇਂ ਬੱਸਾਂ ਪਰ ਪਰ ਕੇ ਉਹਨਾਂ ਗੁੰਡਿਆਂ ਦੀਆਂ ਔਰ ਚਾਰ ਚਫੇਰੀਆਂ ਕਿਵੇਂ ਇਸ ਨੂੰ ਐਗਜ਼ੀਕਿਊਟ ਕੀਤਾ ਗਿਆ ਪਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਸ ਦੇ ਵਿੱਚ ਈਵਨ ਗਿਣਤੀ ਤਾਂ ਨਹੀਂ ਹੈ ਲੇਕਿਨ ਕੱਲਾ ਜਲੰਧਰ ਛੌਣੀ ਦਾ ਇਹ ਸੀ ਕਿ 90 ਤੋਂ ਜ਼ਿਆਦਾ ਲਾਸ਼ਾਂ ਜਲੰਧਰ ਛੌਣੀ ਦੇ ਕੈਂਟੋਨਮੈਂਟ ਚ ਜਿਹਦੇ ਚ ਫੌਜੀ ਅਫਸਰ ਯੂਨੀਫਾਰਮ ਦੇ ਵਿੱਚ ਔਰ ਇਸੇ ਤਰ੍ਹਾਂ ਦਿੱਲੀ ਦੇ ਨੇੜੇ ਸ਼ਾਇਦ ਨਜ਼ਾਮੂਪਤ ਦੇ ਕਿਹੜਾ ਸਟੇਸ਼ਨ ਹੈ 32 ਜਾਂ 33 ਜਿਹੜੇ ਸਿੱਖ ਫੌਜੀ ਨੇ ਕਰਦੇ ਉਸ ਸਟੇਸ਼ਨ ਦੇ ਉੱਤੇ ਹੀ ਪੀੜਾਂ ਨੇ ਕੁੱਟਕੁੱਟ ਕੇ ਮਾਰੇ ਔਰ ਉਹਨਾਂ ਦੇ ਵਿੱਚ ਕਰਨਲ ਲੈਵਲ ਦੇ ਮੇਜਰ ਲੈਵਲ ਦੇ ਜਿਹੜੇ ਅਫਸਰ ਨੇ ਸਿੱਖ ਉਹ ਵੀ ਸ਼ਾਮਲ ਸੀ ਸੋ ਇਸ ਲੈਵਲ ਔਰ ਇਹ ਉਦੋਂ ਵਾਪਰਿਆ ਸੀ ਜਦੋਂ ਕਿ ਦੁਨੀਆ ਦੇ 100 ਤੋਂ ਜ਼ਿਆਦਾ ਮੁਲਕਾਂ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਉਹਨਾਂ ਦੇ ਫੋਰਨ ਮਿਨਿਸਟਰ ਦਿੱਲੀ ਦੇ ਵਿੱਚ ਲੈਂਡ ਕਰ ਰਹੇ ਸੀ ਕਿਉਂਕਿ ਉਸ ਪਾਪੜ ਨੂੰ ਫੂਕਣਾ ਸੀ ਔਰ ਉਸ ਦੀ ਗਵਰਨਮੈਂਟ ਲੈਵਲ ਦੇ ਉੱਤੇ ਜਿਵੇਂ ਉਸ ਨੂੰ ਜਿਹੜਾ ਆਨਰਸ ਦੇ ਨਾਲ ਉਹਨਾਂ ਨੇ ਕਰਨਾ ਸੀ ਸੋ ਜਿਹੜੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਹੋ ਇਸ ਕਿਸਮ ਦੇ ਮੌਕੇ ਜਿਹੜੇ ਨੇ ਸੀ ਔਰ ਉਹ ਲੈਂਡ ਕਰ ਰਹੇ ਸੀ ਦਿੱਲੀ ਜਿਹਨੂੰ ਕਹਿੰਦੇ ਨੇ ਕਿ ਅਪ ਇਨ ਫਲੇਮ ਸੀ ਆਪ ਚਾਰਜ ਫੇਰਾ ਜਿਹੜਾ ਉਹ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜਿਆ ਗਿਆ ਔਰ ਪੀੜਾਂ ਜਿਹੜੀਆਂ ਉਹਨਾਂ ਦੇ ਦਿਵਾਲੇ ਕੱਠੀਆਂ ਸੀ ਔਰ ਉਹ ਤਾੜੀਆਂ ਮਾਰ ਕੇ ਸੀ ਕਿ ਸਰਦਾਰ ਜੀ ਭੰਗੜਾ ਡਾਲ ਰਹੇ ਔਰ ਇਨਾ ਖੁਸ਼ ਹੈ ਕਿ ਜੇ ਅਸੀਂ ਉਸ ਨੂੰ ਬਿਲਕੁਲ ਉਸ ਕਿਸਮ ਦੀ ਬਿਆਨਬਾਜ਼ੀ ਕਰੀਏ ਕਿ ਭਾਈ ਜਿਵੇਂ ਜੋ ਵਾਪਰੇ ਹੈ ਤਾਂ ਫਿਰ ਅਸੀਂ ਸ਼ਾਇਦ ਇਹ ਪ੍ਰੋਗਰਾਮ ਕਾਮ ਨਹੀਂ ਸਕਾਂਗੇ। ਔਰ ਇਹ ਜਿਸ ਕਿਸਮ ਦੇ ਜ਼ੁਲਮ ਉਸ ਪੀਰੀਅਡ ਦੇ ਵਿੱਚ ਹੋਏ ਉਹ ਵੈਲ ਡਾਕੂਮੈਂਟਡ ਨੇ। ਜੀ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਕੱਲ ਜਦੋਂ ਕਿ ਸਾਊਥ ਬਲਾਕ ਦੇ ਵਿੱਚ ਵੱਡਾ ਪ੍ਰੋਟੈਸਟ ਵੀ ਸਿੱਖਾਂ ਨੇ ਲੋਕਲ ਕੀਤਾ ਔਰ ਉਹਦੇ 'ਚ ਵੀ ਇਹ ਗੱਲ ਦੁਹਰਾਈ ਗਈ ਕਿ ਕਿੰਨੀ ਵੱਡੀ ਗਿਣਤੀ 'ਚ ਦਿੱਲੀ ਦੇ ਵਿੱਚ ਸਿੱਖਾਂ ਦੀਆਂ ਲਾਸ਼ਾਂ ਡਿੱਗੀਆਂ। ਇਹ ਅਗਲੇ ਦਿਨਾਂ ਚ ਉਸ ਕਿਸਮ ਦੀਆਂ ਪਿਕਚਰਜ਼ ਨੇ ਮੀਡੀਆਜ਼ ਕੇ ਕੁੱਤੇ ਜਿਹੜੇ ਨੇ ਉਹ ਗਟਰਸ ਚੋਂ ਦੂਸਰਿਆਂ ਚੋਂ ਲਾਸ਼ਾਂ ਜਿਹੜੀਆਂ ਨੇ ਉਹ ਧੂਰ ਐ ਨੇ ਔਰ ਅਰਾਵਲੀ ਪਹਾੜ ਜਿਹੜੇ ਦਿੱਲੀ ਦੇ ਨਾਲ ਲੱਗਦੇ ਨੇ ਬਹੁਤ ਸਾਰੇ ਜਿਹੜੇ ਡੈਡ ਬਾਡੀਜ਼ ਨੇ ਵੱਡੇ ਵੱਡੇ ਟਰੱਕਾਂ ਚ ਭਰ ਕੇ ਔਰ ਕਿਵੇਂ ਉੱਥੇ ਪਹਾੜ ਤੇ ਜਾ ਕੇ ਉਹਨਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ ਔਰ ਇਸ ਲੈਵਲ ਦੇ ਉੱਤੇ ਜਿਹੜੇ ਜ਼ੁਲਮ ਹੋਣ ਦੇ ਬਾਵਜੂਦ ਅੱਜ ਵੀ ਤੁਸੀਂ 38 ਸਾਲਾਂ ਬਾਅਦ ਸਰਕਾਰੀ ਜਾਂ ਜਿਹੜਾ ਅਖੌਤੀ ਗੋਦੀ ਮੀਡੀਆ ਹੀ ਨਹੀਂ ਇਹਨਾਂ ਦੇ ਪ੍ਰਭਾਵ ਥੱਲੇ ਮੁਖਤਾਰਾ ਮੀਡੀਆ ਵੀ ਜਿਹੜਾ ਵੈਸਟ ਦਾ ਉਹ ਕੈਨੇਡਾ ਦਾ ਹੋਵੇ ਯੂਰਪ ਦਾ ਹੋਵੇ ਅਮਰੀਕਾ ਦਾ ਹੋਵੇ ਔਰ ਜਿਵੇਂ ਮਾਈਕਰੋਸਾਫਟ ਦੀ ਕੱਲ ਦੇ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਦੇ ਮਾਰੇ ਜਾਣਾ ਔਰ ਪੰਜ ਜੀ ਸਾਡੇ ਵਿਨੀਕੌਰ ਜਿਹੜੇ ਯੂਕੇ ਤੋਂ ਸਾਨੂੰ ਲਿਖਦੇ ਨੇ ਉਹਨਾਂ ਨੇ ਕਿਹਾ ਸੀ ਕਿ ਦੇਖੋ ਅਜੇ ਵੀ ਇਹ ਰਾਈਟ ਕਹਿ ਰਹੇ ਨੇ ਹਮਮ ਔਰ ਇਹੀ ਨਹੀਂ ਵੀ ਉਹਨਾਂ ਦਾ ਜੇ ਤੁਹਾਨੂੰ ਸਿੱਖਾਂ ਦੇ ਵਿੱਚ ਵੀ ਇੱਕ ਤਬਕਾ ਮਿਲ ਜਾਏਗਾ ਇਹਦੇ باوجود ਕਿ ਇਸ ਵਾਰ ਕਿੰਨੀਆਂ ਅਮਰੀਕਾ ਦੀਆਂ ਸਟੇਟਾਂ ਦੇ ਰੈਜ਼ੋਲੂਸ਼ਨ ਨੇ ਬਿਲਕੁਲ ਅਕਾਲ ਤਖਤ ਤੋਂ ਜਿਹੜਾ ਇਸ ਨੂੰ ਜੈਨੋਸਾਈਡ ਐਲਾਨਿਆ ਗਿਆ ਔਰ ਇਹਦੇ ਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਨੇ ਕਿ ਜਦੋਂ ਤੁਸੀਂ ਜੈਨੋਸਾਈਡ ਦੀ ਜਿਹੜੀ ਡੈਫੀਨੇਸ਼ਨ ਜਿਹੜੀਆਂ 8 ਜਾਂ 10 ਸਟੇਜਸ ਦੇ ਵਿੱਚ ਅ ਯੂਨਾਈਟਿਡ ਨੇਸ਼ਨਸ ਨੇ ਜਿਨ੍ਹਾਂ ਨੇ ਆਪਣਾ ਇੱਕ ਅੱਡ ਜੈਨੋਸਾਈਡ ਵਾਚ ਬਣਾਇਆ ਹੋਇਆ ਉਹਨਾਂ ਦਾ ਸਪੈਸ਼ਲ ਉਸ ਤੇ ਉੱਤੇ ਉਹਨਾਂ ਦਾ ਨੁਮੈਂਦਾ ਹੁੰਦਾ ਹੈ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਸਟੇਜਸ ਜਿਹੜੀਆਂ ਕਿਸੇ ਕੌਮ ਦੇ ਜੈਨੋਸਾਈਡ ਦੇ ਲਈ ਕਿਹਾ ਕਈਆਂ ਜਾਂਦੀਆਂ ਨੇ ਉਹ ਉਹਦੇ ਚ ਫਿੱਟ ਹੁੰਦੀਆਂ ਨੇ ਲੇਕਿਨ ਅਸੀਂ ਇਹ ਵੀ ਦੇਖਦੇ ਆ ਕਿ ਇਹਨਾਂ ਸਾਰੇ ਵਰਿਆਂ ਚ ਬੇਸ਼ੱਕ ਇਸ ਸਿੱਖ ਨਸਲ ਕੁਸ਼ੀ ਦੇ ਲਈ ਮੁੱਖ ਤੌਰ ਤੇ ਉਸ ਵੇਲੇ ਦਾ ਪ੍ਰਾਈਮ ਮਿੰਿਸਟਰ ਰਾਜੀਵ ਗਾਂਧੀ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਰਾਈਟਲੀ ਸੋ ਪਰ ਜਿਵੇਂ ਅਸੀਂ ਜ਼ਿਕਰ ਕਰਾਂਗੇ ਕਿ ਆਰਐਸਐਸ ਔਰ ਬਾਕੀ ਹਿੰਦੂਤਵੀ ਜਮਾਤਾਂ ਉਹਨਾਂ ਨੇ ਕਿਵੇਂ ਸਭ ਨੇ ਉਸ ਦਾ ਸਮਰਥਨ ਕੀਤਾ ਔਰ ਕੱਲਾ ਇਹੀ ਨਹੀਂ ਨਾ 38 ਵਰਿਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਰਾਜੀਵ ਗਾਂਧੀ ਤੋਂ ਲੈ ਕੇ ਹੁਣ ਨਰਿੰਦਰ ਮੋਦੀ ਤੱਕ ਕਿੰਨੇ ਪ੍ਰਾਈਮ ਮਿੰਿਸਟਰ ਆਏ ਵੀਪੀ ਸਿੰਘ ਵਰਗਾ ਵੀ ਆਇਆ ਹੈ ਜੇਸ ਨੂੰ ਸਿੱਖ ਵੀ ਇੱਕ ਤਬਕਾ ਜਿਵੇਂ ਕੇਜਰੀਵਾਲ ਨੂੰ ਆਪਣਾ ਦੋਸਤ ਸਮਝਣ ਲੱਗ ਗਏ ਸੀ ਆਮ ਆਦਮੀ ਪਾਰਟੀ ਨੂੰ ਐਵੇਂ ਹੀ ਵੀਪੀ ਸਿੰਘ ਨੂੰ ਵੀ ਸਮਝਦੇ ਸੀ ਵੀਪੀ ਸਿੰਘ ਔਰ ਫਿਰ ਅਸੀਂ ਦੇਖਿਆ ਕਿ ਨਰਸਮਹਾ ਰਾਓ ਅਟਲ ਬਿਹਾਰੀ ਵਾਜਪਾਈ ਔਰ ਮਨਮੋਨ ਸਿੰਘ ਵੀ ਔਰ ਇਹ ਨਰਿੰਦਰ ਇੱਕ ਦਰਜਨ ਦੇ ਕਰੀਬ ਪ੍ਰਾਈਮ ਮਿਨਿਸਟਰ ਇਨ ਅ ਟਰਮਸ ਦੇ ਵਿੱਚ ਬਦਲੇ ਜੀ ਔਰ ਉਸ ਦੇ ਨਾਲ-ਨਾਲ ਅਸੀਂ ਦੇਖਦੇ ਆ ਕਿ ਕਿੰਨੇ ਕਮਿਸ਼ਨ ਨੇ ਮਿਸ਼ਰਾ ਕਮਿਸ਼ਨ ਨਾਨਾਵਤੀ ਕਮਿਸ਼ਨ 12 ਦੇ ਕਰੀਬ ਕਮੇਟੀਆਂ ਔਰ ਕਿੰਨੀਆਂ ਹੋਰ ਪੁਲਿਸ ਇਨਵੈਸਟੀਗੇਟਿਵ ਰਿਪੋਰਟਸ ਇਸ ਸਭ ਦੇ باوجود ਤੁਸੀਂ ਦੇਖੋਗੇ ਕਿ ਹਜ਼ਾਰਾਂ 30000 ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਾ ਇੱਕ ਵੀ ਬੰਦਾ ਅਜੇ ਤੱਕ ਫਾਇ ਨਹੀਂ ਲੱਗਾ ਇੱਕ ਵੀ ਔਰ ਇਹੀ ਨਹੀਂ ਹੁਣ ਵੀ ਯੂਪੀ ਦੇ ਵਿੱਚ ਦਿੱਤਿਆਨਾਥ ਕੇ ਜੀ ਉਹ 38 ਸਾਲ ਪਹਿਲਾਂ ਜੋ ਹੋਇਆ ਉਹਨਾਂ ਨੂੰ ਸਜ਼ਾ ਦੇਣਗੇ ਉਹਨਾਂ ਦੇ ਜਿਹੜੇ ਵਿਕਟਮ ਸੀ ਉਹ ਮਰ ਗਏ ਗਵਾਹ ਮਰ ਗਏ ਕਿਸ ਲੈਵਲ ਤੇ ਜਿਹੜਾ ਉਹ ਜ਼ੁਲਮ ਦੀ ਕਹਾਣੀ ਔਰ ਇਹ ਲਗਾਤਾਰਤਾ ਦੇ ਨਾਲ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਵਾਂਗ ਜਦੋਂ ਇਹਨਾਂ ਦਾ ਕੋਈ ਕਹਿੰਦਾ ਹੈ ਕਿ ਜੀ ਅਸੀਂ ਜਿਹੜਾ ਉਹ ਇਨਸਾਫ ਦੇਾਂਗੇ ਤਾਂ ਉਹ ਇਵੇਂ ਹੀ ਲੱਗਦਾ ਕਿ ਤੁਹਾਡੇ ਜ਼ਖਮਾਂ ਦੇ ਉੱਤੇ ਉਹ ਲੂਣ ਵੀ ਭੁੱਕ ਰਹੇ ਨੇ ਔਰ ਜਿਵੇਂ ਤੁਹਾਡੇ ਜ਼ਖਮਾਂ ਨੂੰ ਕਰੇਦ ਕੇ ਤੁਹਾਨੂੰ ਪੁੱਛ ਰਹੇ ਨੇ ਕਿ ਹੁਣ ਤੁਹਾਡੇ ਚ ਅਜੇ ਸਿੱਖ ਹੋਣ ਦਾ ਫਕਰ ਹੈ ਜਾਂ ਹੁਣ ਤੁਸੀਂ ਸਾਡੀ ਅਧੀਨਗੀ ਕਬੂਲ ਕਰਨੀ ਹੈ ਲੇਕਨ ਸਿਕ ਸਪਿਰਟ ਜਿਵੇਂ ਅਸੀਂ ਕੱਲੂਖਾਰਿਆਂ ਦੇ ਹਵਾਲੇ ਨਾਲ ਗੱਲ ਕੀਤੀ ਜੀ ਉਹ ਹਮੇਸ਼ਾ ਡਿਫਾਇਨਸ ਦੀ ਹੈ ਸਾਡੇ ਚ ਵਿਕਟਮ ਹੁੱਡ ਵਾਲਾ ਤਾਂ ਉਹ ਪੁਰਜਾ ਹੀ ਨਹੀਂ ਹੈ ਕਿਉਂਕਿ ਜਿਹੜਾ ਸਭ ਤੋਂ ਵੱਡੀ ਟਰੈਜੇਡੀ ਜਿਹੜੀ ਸਾਡੇ ਲਈ ਸਭ ਤੋਂ ਜ਼ਿਆਦਾ ਪੇਨਫੁੱਲ ਹੁੰਦੀ ਹੈ ਬਿਲਕੁਲ ਉਹ ਤਾਂ ਇਹ ਹੈ ਕਿ ਅਸੀਂ ਇਨਸਾਫ ਦੇਣ ਵਾਲੇ ਸੀ ਤੇ ਅਸੀਂ ਇਨਸਾਫ ਮੰਗ ਰਹੇ ਹਾਂ ਮੰਗ ਰਹੇ ਹਾਂ ਇਹ ਜਦੋਂ ਦਾਤੇ ਤੋਂ ਮੰਗਤੇ ਤੱਕ ਕੋਈ ਪਹੁੰਚਦਾ ਹੈ ਔਰ ਇਹ ਠੀਕ ਹੈ ਵੀ ਇੱਕ ਤਬਕਾ ਸਿੱਖਾਂ ਦਾ ਜਿਹੜਾ ਗੁਰੂ ਨੂੰ ਪਰਨਾਇਆ ਹੋਇਆ ਹੈ ਜਿਸ ਨੂੰ ਇਸ ਗੱਲ ਦੀ ਗੁਰੂ ਨੇ ਸਮਝ ਦਿੱਤੀ ਹੋਈ ਹੈ ਔਰ ਪਹਿਲਾਂ ਵੀ ਦਿੱਤੀ ਹੋਈ ਸੀ ਜੂਨ 84 ਤੋਂ ਉਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੀ ਜਾਂਦਾ ਪਰ ਹੌਲੀ 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 ਇਹਨਾਂ 38 ਵਰਿਆਂ ਦੇ ਵਿੱਚ ਉਹ ਸਿੱਖ ਵੀ ਜਿਹੜੇ ਕਿਸੇ ਸਟੇਜ ਤੇ ਭਾਰਤ ਮਾਤਾ ਨੂੰ ਜਿਹੜਾ ਆਪਣੀ ਮਾਂ ਵਾਂਗ ਹਿੰਦੂਆਂ ਦੀ ਤਰ੍ਹਾਂ ਹੀ ਸਮਝਦੇ ਸੀ ਔਰ ਉਹ ਸਮਝਦੇ ਸੀ ਕਿ ਇਸ ਸੈਟਅਪ 'ਚ ਅਸੀਂ ਫੈਡਰਲ ਆਟੋਨੋਮੀ ਅਨੰਦਪੁਰ ਦਾ ਮਤਾ ਇਸ ਕਿਸਮ ਦੇ ਨਾਲ ਅਸੀਂ ਇਨਸਾਫ ਲੈ ਸਕਦੇ ਹਾਂ ਉਹ ਵੀ ਇਸ ਕਨਕਲੂਜਨ ਤੇ ਪਹੁੰਚੇ ਨੇ ਕਿ ਭਾਈ ਆਪਣਾ ਆਜ਼ਾਦ ਮੁਲਕ ਖਾਲਸਤਾਨ ਬਣਾਏ ਬਿਨਾ ਸਾਡੇ ਕੋਲ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਔਰ ਇਹ ਡਿਫਾਇਨ ਸਿੱਖਾਂ ਦੀ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਨਸਲ ਕੁਸ਼ੀਆਂ ਪਹਿਲਾਂ ਵੀ ਹੋਈਆਂ 18ਵੀਂ ਸਦੀ 'ਚ ਪਰ ਉਹਦਾ ਜਵਾਬ ਤਾਂ ਇਹ ਸੀ ਜਿਹਨੂੰ ਅਸੀਂ ਜਦੋਂ ਬੇਗੁਨਾਹ ਦਾ ਖੂਨ ਡੁੱਲਦਾ ਜੇ ਸੈਬਜ਼ਾਦੇਆਂ ਦੀ ਸ਼ਹਾਦਤ ਛੋਟਿਆਂ ਦੀ ਮਾਤਾ ਜੀ ਦੀ ਮਾਤਾ ਗੁਜਰੀ ਜੀ ਦੀ ਤੇ ਜਵਾ ਤੇ ਜਿਹੜਾ ਉਸ ਦਾ ਰਿਸਪੌਂਸ ਤੇ ਦਸਵੇਂ ਪਾਤਸ਼ਾਹ ਦਾ ਇਹੀ ਸੀ ਕਿ ਮੁਗਲਿਆ ਰਾਜ ਦੀ ਜੜ ਪੁੱਟ ਗਈ ਕਾਹੀ ਦਾ ਬੂਟਾ ਪੁੱਟ ਕੇ ਗੁਰੂ ਸਾਹਿਬ ਨੇ ਕਿਹਾ ਸੋ ਜ਼ਾਰ ਹੈ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਜਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਇਹ ਲਲਕਾਰ ਹੁੰਦੀ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਉਹਨਾਂ ਇੱਕ ਹੈ ਕਿ ਵੀ ਤੁਸੀਂ ਵਿਰਲਾਪ ਕਰੋ ਤੁਸੀਂ ਉਦਾਸ ਹੋ ਤੁਸੀਂ ਬਾਕੀ ਹਰ ਇੱਕ ਨੇ ਦੁਨੀਆ ਦੇ ਵਿੱਚ ਨਾਕਾਮਾਂ ਦੇ ਨਾਲ ਨਸਲ ਕੁਸ਼ੀਆਂ ਵਾਪਰੀਆਂ ਨੇ ਉਹ ਭੁੱਲਣ ਤਾਂ ਨਹੀਂ ਦਿੰਦੇ ਆਪਣੀਆਂ ਨਸਲਾਂ ਨੂੰ ਇਸ ਲਈ ਅਡ ਅਡ ਸਿੰਬਲ ਜਿਹੜੇ ਨੇ ਉਹ ਉਹਨਾਂ ਨਸਲ ਕੁਸ਼ੀਆਂ ਦੇ ਬਣ ਕੇ ਉਬਰਦੇ ਨੇ ਉਹਨਾਂ ਦੇ ਲਈ ਰਿਮੈਂਬਰੈਂਸ ਡੇ ਰੱਖੇ ਜਾਂਦੇ ਨੇ ਕਿਤੇ ਹੁੰਦਾ ਹੈ ਕਿ ਜੀ ਲਾਈਟ કેਂਡਲ ਇਕ ਤੁਸੀਂ ਮੋਮਬੱਤੀ ਜਗਾਓ ਜਿਹੜੇ ਮਾਰੇ ਆ ਗਿਆ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਸਾਰੀ ਥਾਵਾਂ ਤੇ ਸ਼ੋਕ ਸਮਾਗਮ ਹੁੰਦੇ ਨੇ ਔਰ ਇਹ ਠੀਕ ਹੈ ਵੀ ਸਾਡੇ ਲਈ ਅਸੀਂ ਜਦੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਵੀ ਕੁਝ ਕਰਦੇ ਆ ਉਹ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਬਣਾਉਂਦੇ ਹਾਂ ਕਿਉਂਕਿ ਸਾਨੂੰ ਇਹ ਹੁੰਦਾ ਹੈ ਕਿ ਭਾਈ ਇਹ ਸਾਡਾ ਗੁਰੂ ਦੇ ਨਾਲ ਜੁੜਨਾ ਸਾਨੂੰ ਯਾਦ دہਾਨੀ ਕਰਵਾਉਂਦਾ ਔਰ ਅਸੀਂ ਦੋ ਵੇਲੇ ਦੀ ਅਰਦਾਸ ਚ ਵੀ ਯਾਦ ਕਰਦੇ ਪਰ ਫਿਰ ਵੀ ਜਿਹੜਾ ਸੋਸਾਇਟੀਸ ਚ ਅਸੀਂ ਆਏ ਔਰ ਬਾਹਰ ਜਿੱਥੇ ਅਸੀਂ ਦੁਸ਼ਮਨ ਨੂੰ ਵੰਗਾਰਦੇ ਰਹਿਣਾ ਆਪਣੀ ਆਜ਼ਾਦੀ ਤੱਕ ਜਦੋਂ ਤੱਕ ਅਸੀਂ ਇੱਕ ਆਜ਼ਾਦ ਮੁਲਕ ਨਹੀਂ ਬਣਦੇ ਖਾਲਿਸਤਾਨ ਹਾਸਲ ਨਹੀਂ ਕਰਦੇ ਪਰ ਅਸੀਂ ਬਾਕੀਆਂ ਨੂੰ ਵੀ ਦੱਸਣਾ ਹੈ ਕਿ ਇਹ ਸਾਰਾ ਹਫਤਾ ਨਵੰਬਰ ਦਾ ਸਾਡੇ ਲਈ ਕੀ ਅਹਿਮੀਅਤ ਰੱਖਦਾ ਹੈ ਬਿਲਕੁਲ ਸਾਡੇ ਨਾਲ ਕੀ ਵਾਪਰਿਆ ਸੀ 38 ਬਾਰੇ ਪਹਿਲਾਂ ਔਰ ਇਸ ਦੇ ਉੱਤੇ ਜਿਵੇਂ ਅਸੀਂ ਪਿਛਲੇ ਹਫਤੇ ਦੇ ਇੱਕ ਪ੍ਰੋਗਰਾਮ ਜੀ ਡਿਸਕਸ ਕੀਤਾ ਸੀ ਕਿ ਸਾਡੇ ਵੀਰ ਅ ਬਲਜੀਤ ਸਿੰਘ ਕੋਮੰਡ ਜਿਹੜੇ ਕਿ ਸ਼ਹੀਦ ਮੇਜਰ ਬਲਦੇਵ ਸਿੰਘ ਕੋਮੰਡ ਦੇ ਸਪੁੱਤਰ ਨੇ ਟ੍ਰਾਂਟੋ ਜਨਵਾਸ ਕਰਦੇ ਨੇ ਉਹਨਾਂ ਨੇ ਇੱਕ ਸੁਝਾਅ ਮੂਟ ਕੀਤਾ ਸੀ ਔਰ ਉਹਨਾਂ ਨੇ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇਹ ਔਰ ਡਿਜ਼ਾਈਨ ਵੀ ਉਹਨਾਂ ਨੇ ਕੀਤਾ ਸੀ ਕਿ ਇਹ ਯਾਦਗਾਰੀ ਕਰਵਾਉਂਦੇ ਆ ਕਿ ਭਾਈ ਸਰੋਂ ਦਾ ਫੁੱਲ ਜਿਹੜਾ ਹੈ ਉਹ ਸਾਡੀ ਪੰਜਾਬ ਦੀ ਕਿਸਾਨੀ ਬੈਕਗ੍ਰਾਉਂਡ ਦੇ ਨਾਲ ਵੀ ਜੁੜਦਾ ਹੈ ਬਿਲਕੁਲ ਉਹ ਹੋਪ ਵੀ ਸਾਨੂੰ ਦਿੰਦਾ ਹੈ ਔਰ ਇਹ ਵੀ ਯਾਦ ਆਹ ਨਹੀਂ ਕਰਵਾਉਂਦਾ ਕਿ ਉਹ ਪੰਜਾਬ ਦੀ ਜ਼ਰਖੇਜ਼ ਮਿੱਟੀ ਜ਼ਰਖੇਜ਼ ਧਰਤੀ ਜਿੱਥੇ ਸਰੋਂ ਫੁੱਲਦੀ ਹੈ ਜਿੱਥੇ ਸਰੋਂ ਚਾਰਚ ਫੇਰੇ ਇੱਕ ਉਹ ਪੀਲਾ ਰੰਗ ਜਿਹੜੀ ਹੈ ਉਹ ਬਖੇਰਦੀ ਹੈ ਉਹੀ ਸਰੋਂ ਦੇ ਵਾਲੇ ਖੇਤ ਕਦੇ ਸਿੱਖ ਜਵਾਨੀ ਦੇ ਖੂਨ ਦੇ ਨਾਲ ਜਿਹੜੇ ਨੇ ਉਤਰ ਕੀਤੇ ਗਏ ਸੀ ਔਰ ਅੱਜ ਖਾਸ ਤੌਰ ਤੇ ਜਦੋਂ ਮੈਂ ਦੇਖਿਆ ਫੇਸਬੁੱਕ ਤੇ ਉੱਤੇ ਸਵੇਰੇ ਔਰ ਕਿਉਂਕਿ ਇਸ ਤੋਂ ਪਹਿਲਾਂ ਬਾਕੀ ਜਥੇਬੰਦੀਆਂ ਬਾਕੀ ਸਿੱਖ ਸੰਗਠਾ ਨਾਲ ਵੀ ਉਹਨਾਂ ਨੇ ਆਪਣਾ ਵਿਚਾਰ ਸਾਂਝਾ ਕੀਤਾ ਸੀ ਤੇ ਬਹੁਤ ਸਾਰਿਆਂ ਦਾ ਜਿਹੜਾ ਅੱਜ ਇਸ ਨੂੰ ਸਿੱਖ ਜੈਨੋਸਾਈਡ ਰਿਮੈਂਬਰੈਂਸ ਦੇ ਥੱਲੇ ਸਰੋਂ ਦੇ ਫੁੱਲ ਦਾ ਜਿਹੜਾ ਹੈ ਉਹ ਚਾਰਚ ਫੇਰੇ ਸ਼ੇਅਰ ਕੀਤਾ ਜਾ ਰਿਹਾ ਸੀ ਔਰ ਇਸ ਥੱਲੇ ਸੀ ਕਿ ਅੱਜ 6 ਵਜੇ ਸ਼ਾਮ ਨੂੰ 1 ਮਿੰਟ ਦੀ ਸਾਇਲੈਂਸ ਦੇ ਨਾਲ ਤੁਸੀਂ ਜਿਹੜੇ ਨਵੰਬਰ 84 ਦੇ ਕੱਲੂ ਕਾਰੇ ਦੇ ਵਿਕਟਮ ਨੇ ਉਹਨਾਂ ਨੂੰ ਯਾਦ ਕਰੋ ਸੋ ਅਸੀਂ ਜਿਹੜਾ ਉਛੇ ਟਾਈਮ ਤਾਂ ਸਾਡਾ ਹੁਣ ਇਸ ਸਾਡੇ 7 ਵਜੇ ਸ਼ੋਅ ਦਾ ਹੁੰਦਾ ਹੈ ਲੇਕਿਨ ਅੱਜ ਅਸੀਂ ਜੇ ਸਾਡੇ ਵਿਊਅਰਸ ਦੇਖ ਰਹੇ ਹੋਣ ਤੇ ਸਾਡਾ ਸੈੱਟ ਜਿਹੜਾ ਉਹ ਉਹੀ ਜਿਹੜਾ ਸਿੱਖ ਜੈਨੋਸਾਈਡ ਰਿਮੈਂਬਰੈਂਸ ਦਾ ਪ੍ਰਤੀਕ ਸਰੋਂ ਦਾ ਫੁੱਲ ਇਹੀ ਬੈਕਗ੍ਰਾਉਂਡ ਹੈ ਸਾਡੀ ਅੱਛਾ ਔਰ ਅਸੀਂ ਅਗਲੇ ਦਿਨਾਂ ਦੇ ਪ੍ਰੋਗਰਾਮਾਂ 'ਚ ਵੀ ਜਦੋਂ ਤੱਕ ਅਸੀਂ ਯੂਬਾ ਸਿਟੀ ਜਾਣਾ ਹੈ ਉਹ ਇਹਨਾਂ ਨੂੰ ਜਿਹੜਾ ਇਸ ਨੂੰ ਹੀ ਸੈੱਟ ਨੂੰ ਰੱਖਾਂਗੇ ਸੋ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਤਾਂ ਹਮੇਸ਼ਾ ਹੀ ਹੁੰਦੀ ਹੈ ਕਿ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਜਿਹੜੀਆਂ ਕਲੀਆਂ ਕਦੇ ਫੁੱਲ ਹੀ ਨਹੀਂ ਬਣ ਸਕੀਆਂ ਜਿਹੜੇ ਭਰੇ ਭਰਾਏ ਘਰਾਂ 'ਚ ਟੱਬਰਾਂ ਦੇ ਟੱਬਰ ਜਿਹੜੇ ਨੇ ਉਹ ਵਾਈਪ ਆਊਟ ਕਰ ਦਿੱਤੇ ਗਏ ਜਿੱਥੇ ਕਈ ਦਿਨ ਫਜ਼ਾ ਦੇ ਵਿੱਚ ਜਿਹੜੀ ਐ ਉਹ ਮਾਸ ਦੀ ਦਰਗੰਦ ਸੀ ਔਰ ਜੇ ਇਸ ਨੂੰ ਕਦੇ ਜਦੋਂ ਗੁਰੂ ਨਾਨਕ ਸਾਹਿਬ ਐਮਨਾਬਾਦ ਸ਼ਹਿਰ ਚ ਖਲੋਤੇ ਆ ਬਾਬਰ ਦੀਆਂ ਫੌਜਾਂ ਦੇ ਜ਼ੁਲਮਾਂ ਨੂੰ ਉਹਨਾਂ ਨੇ ਅੱਖੀਂ ਤੱਕਿਆ ਚਾਰ ਚਫੇਰੇ ਮਾਸ ਦੀ ਦਰਗੰਦ ਸੀ ਤੇ ਉਹਦੇ ਚ ਵੀ ਗੁਰੂ ਨੇ ਤਾਂ ਸਾਨੂੰ ਰੱਬ ਦੀ ਯਾਦ ਦਾਹਨੀ ਕਰਵਾਣੀ ਸਿਖਾਈ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ ਮਾਸਪੁਰੀ ਵਿੱਚ ਆਖ ਮਸੋਲਾ ਜਨ ਉਪਾਈ ਰੰਗ ਰਵਾਈ ਬੈਠਾ ਵੇਖਾ ਵਖ ਅਕੇਲਾ ਕਿ ਭਾਈ ਇਹ ਮਾਸਪੁਰੀ ਇੱਕ ਐਸਾ ਜਿੱਥੇ ਅੱਜ ਇਹ ਸ਼ਹਿਰ ਨਹੀਂ ਲੱਗਦਾ ਇਹ ਮਾਸ ਦਾ ਸ਼ਹਿਰ ਹੈ ਕਿਉਂਕਿ ਚਾਰ ਚਫੇਰੇ ਫਜ਼ਾ ਦੇ ਵਿੱਚ ਮਾਸ ਦੀ ਦੁਰਗੰਧ ਹੈ ਅੱਛਾ ਔਰ ਇਹੀ ਇੰਟੈਂਟ ਸੀ ਦੁਸ਼ਮਨ ਦੀ ਜਦੋਂ ਖੂਨ ਦਾ ਬਦਲਾ ਖੂਨ ਜਿਹੜੀਆਂ ਹਿੰਦੂਤਵੀ ਪੀੜਾ ਇੰਦਰਾ ਗਾਂਧੀ ਦੀ ਡੈਡ ਬੋਡੀ ਤੇ ਦਿਵਾੜਿਓਂ ਲੰਘ ਰਹੀਆਂ ਸੀ ਔਰ ਅਮਿਤਾਬ ਬਚਨਵਰਗਾ ਜਿਹੜਾ ਅੱਜ ਵੀ ਉਸ ਅੰਦਾਜ਼ ਦੇ ਵਿੱਚ ਜਿਹੜਾ ਹਿੰਦੂਤਵਾਦ ਆ ਇੱਕ ਜਾਂ ਦੂਜੇ ਤਰੀਕੇ ਦੇ ਨਾਲ ਆਪਣੇ ਜਿਹੜਾ ਉਸ ਏਜੰਡੇ ਨੂੰ ਅੱਗੇ ਤੋਰਦਾ ਉਹ ਜਿਹੜਾ ਉਹ ਦਹਾੜ ਰਿਹਾ ਸੀ ਖੂਨ ਦਾ ਬਦਲਾ ਖੂਨ ਦਾ ਨਾਰਾ ਲਾ ਕੇ ਨਾਲ ਕਹਿ ਰਿਹਾ ਸੀ ਕਿ ਇਹ ਇਸ ਖੂਨ ਕੇ ਛਿੰਟੇ ਕਾਤਲੋਂ ਕੇ ਘਰੋਂ ਤੱਕ ਪਹੁੰਚਾ ਦਿਓ ਕਿਉਂਕਿ ਜਦੋਂ ਅਸੀਂ ਇਸ ਦੌਰ ਦੇ ਵਿੱਚ ਕਿਦਾ ਕਿਦਾ ਕੀ ਕੀ ਰੋਲ ਰਿਹਾ ਦੇਖਦੇ ਤਾਂ ਫਿਰ ਸਾਨੂੰ ਇਹ ਸਮਝਣਾ ਹੋਏਗਾ ਕਿ ਜਦੋਂ ਤੁਸੀਂ ਇੱਕ ਪਾਸੇ ਜਿੱਥੇ ਅਸੀਂ ਸਿੱਖਾਂ ਦੀ ਕਲੈਕਟਿਵ ਹਰਟ ਸਾਈਕੀ ਦੀ ਗੱਲ ਕਰਦੇ ਆ ਕਿ ਕਿਵੇਂ ਅਸੀਂ ਜਿਹੜਾ ਅੱਜ ਤੱਕ ਉਹਨਾਂ ਜ਼ਖਮਾਂ ਦੀ ਪੀੜ ਨੂੰ ਸਹਾਰ ਰਹੇ ਹਾਂ ਤੇ ਫਿਰ ਤੁਸੀਂ ਮੈਜੋਰਿਟੀ ਕਮਿਊਨਿਟੀ ਦਾ ਜਦੋਂ ਵਰਤਾਰਾ ਦੇਖੋਗੇ ਹਾਲਾਂ ਉਹਨਾਂ ਇਹ ਫਿਊ ਪੀਪਲ ਜਿਨ੍ਹਾਂ ਨੇ ਉਸ ਪੀਰੀਅਡ ਚ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਹਾ ਦਾ ਨਾਰਾ ਮਾਰਿਆ ਉਹਨਾਂ ਦੇ ਅੱਗੇ ਹਮੇਸ਼ਾ ਸਾਡਾ ਸਿਰ ਝੁਕਦਾ ਹੈ ਲੇਕਿਨ ਤੁਸੀਂ ਪੋਲੀਟੀਕਲ ਪਾਰਟੀਆਂ ਦੇਖ ਲਓ ਜੁਡੀਸ਼ਰੀ ਇਹੀ ਨਹੀਂ ਕਿ ਬਈ ਇਨਸਾਫ ਨਹੀਂ ਮਿਲਿਆ ਹੁਣ ਉਸੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਹੈ ਜਿੱਥੇ ਕਿ ਸਿੱਖਾਂ ਨੂੰ ਜਿਉਂਦੇ ਸਾੜਿਆ ਜਾ ਰਿਹਾ ਹੈ ਕੋਈ ਤੁਹਾਨੂੰ ਉਹਨਾਂ ਸੱਤਾ ਦਿਨਾਂ 'ਚ ਕੋਈ ਸੂ ਮੋਟੋ ਨੋਟਿਸ ਨਜ਼ਰ ਨਹੀਂ ਆਂਦਾ ਕੋਈ ਆਰਡਰ ਨਜ਼ਰ ਨਹੀਂ ਆਂਦਾ ਮੀਡੀਆ ਦਾ ਰੋਲ ਕੀ ਹੈ ਉਹ ਸਾਹਮਣੇ ਹੈ ਔਰ ਉਸਬ ਦੇ ਨਾਲ ਨਾਲ ਕਿਸ ਅੰਦਾਜ਼ ਦੇ ਵਿੱਚ ਈਵਨ ਖੁਸ਼ਵੰਤ ਸਿੰਘ ਵਰਗਾ ਬੰਦਾ ਜਿਹੜਾ ਜਿਸ ਨੂੰ ਇੰਦਰਾ ਗਾਂਧੀ ਨੇ ਹੀ ਜਿਹੜਾ ਉਹ ਅਪਰ ਹਾਊਸ ਰਾਜਸਭਾ ਦਾ ਮੈਂਬਰ ਨਾਮਿਨੇਟ ਕੀਤਾ ਸੀ ਜੀ ਉਹਨੇ ਇਹ ਗੱਲ ਕਹੀ ਕਿ ਜਦੋਂ ਨਵੰਬਰ 84 ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਕਿ ਇੱਕ ਸ਼ੋਕਮਤਾਈ ਜਿਹੜਾ ਕੰਡਮਨੇਸ਼ਨ ਦਾ ਹੋਏ ਤੇ ਮੇਰੇ ਨਾਲ ਕੋਈ ਨਹੀਂ ਖਲੋਤਾ ਔਰ ਇਸ ਦੇ ਉਲਟ ਹਰ ਥਾਂ ਤੇ ਇਹੀ ਸੀ ਕਿ ਸਿੱਖ ਜਿਹੜੇ ਨੇ ਇਹ ਡਿਸਰਵ ਕਰਦੇ ਸੀ ਕਿਉਂਕਿ ਇਹ ਭਾਰਤ ਦੀ ਏਕਤਾ ਅਖੰਡਤਾ ਤੋੜਨਾ ਚਾਹੁੰਦੇ ਸੀ ਇਹ ਟ੍ਰੇਟਰ ਸੀ ਔਰ ਫਿਰ ਇਹੀ ਨਹੀਂ ਕਿ ਵੀ ਇਹ ਨਵੰਬਰ 84 ਦੀ ਸਿੱਖ ਨਸਲ ਖੁਸ਼ੀ ਜਿਹੜੀ ਕਿ ਆਲਮੋਸਟ 4-5 ਮਹੀਨੇ ਬਾਅਦ ਹੀ ਜੂਨ ਤੋਂ ਬਾਅਦ ਵਰਤਾਈ ਜਾਂਦੀ ਹੈ ਫਿਰ ਜਿਹੜਾ ਕੈਂਪੇਨ ਨਵੰਬਰ ਦਸੰਬਰ ਦੀਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਰਾਜੀਵ ਗਾਂਧੀ ਸਮੇਤ ਕਾਂਗਰਸ ਨੇ ਰਨ ਕੀਤਾ ਅੱਛਾ ਕਿਵੇਂ ਜਿਹੜਾ ਉਸ ਪੀਰੀਅਡ ਦੇ ਵਿੱਚ ਹਾਲਾਂ ਉਹਦੀ ਆਪਣੀ ਪਰਜਾਈ ਮੇਨਕਾ ਗਾਂਧੀ ਜਿਹੜੀ ਜਿਹਦਾ ਕੋਈ ਸਿੱਖਾਂ ਨਾਲ ਸਬੰਧ ਨਹੀਂ ਅਦਰਦੈਨ ਕੇ ਕਦੇ ਸਿੱਖ ਟੱਬਰ ਚੋਂ ਜੰਮੀ ਸੀ ਔਰ ਉਸ ਦੇ ਹਲਕੇ ਚ ਵੀ ਜਿਹੜਾ ਸੀ ਕਿਉਂਕਿ ਉਹ ਇੰਦਰਾ ਗਾਂਧੀ ਨਾਲੋਂ ਉਲਟ ਹੋਈ ਹੋਈ ਸੀ ਕਿ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ ਇਹ ਜਿਹੜੇ ਨੇ ਪੋਸਟਰ ਲੱਗੇ ਹੋਏ ਸੀ ਸੋ ਉਸ ਪੀਰੀਅਡ ਦਾ ਵਰਤਾਰਾ ਜਦੋਂ ਅਸੀਂ ਦੇਖੀਏ ਤਾਂ ਫੇਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਨੇ ਸ਼ੱਕ ਨਹੀਂ ਹੈ ਕਿ ਕਿਵੇਂ ਕਿਸ ਲੈਵਲ ਦੇ ਜ਼ੁਲਮ ਕੀਤੇ ਗਏ ਔਰ ਅੱਜ ਜਦੋਂ ਅਸੀਂ ਉਹਨਾਂ ਸਾਰਿਆਂ ਨੂੰ ਯਾਦ ਕਰ ਰਹੇ ਹਾਂ ਸਾਡਾ ਰਿਜ਼ੋਲਵ ਇਸ ਦੇ ਨਾਲ ਕਮਜ਼ੋਰ ਨਹੀਂ ਹੋਣਾ ਚਾਹੀਦਾ ਬਿਸ਼ੱਕ ਅੱਜ ਦੇ ਦਿਨ ਦੀ ਗੱਲ ਕਰਦੇ ਆਂ ਬਹੁਤ ਕੁਝ ਗੱਲ ਕਰਨ ਵਾਲਾ ਸੀ ਅੱਜ ਦਾ ਦਿਨ ਹੀ ਹੈ ਜਦੋਂ ਕਿ ਪਹਿਲੀ ਨਵੰਬਰ 1913 ਚ ਸਟਾਕਟਨ ਜਿਹੜਾ ਉਹ ਗਦਰ اخبار جاری ਹੋਇਆ ਸੀ ਜਿਸ ਗਦਰ ਗੁੰਜਾ ਨੇ ਚਾਰਜ ਫੇਰੇ ਗੁੰਜਾ ਪਾਈਆਂ ਸੀ ਔਰ ਜਿਨ੍ਹਾਂ ਦਾ ਇਹ ਸੀ ਕਿ ਭਾਈ ਇਹ ਜਿਹੜਾ ਸੇਵਾ ਦੇਸ਼ ਦੀ ਜਿੰਦੜੀ ਬੜੇ ਕਰਤਾਰ ਸਿੰਘ ਸਰਾਬਾ ਉਹਦੀ ਹੱਬ ਸੀ ਸਾਰੇ ਦੀ ਬਿਲਕੁਲ ਫਿਰ ਇਹੀ ਪਹਿਲੀ ਨਵੰਬਰ ਹੈ ਜਦੋਂ ਕਿ ਪਹਿਲੀ ਨਵੰਬਰ 1956 ਦੇ ਵਿੱਚ 50 1956 ਪੇਪਸੂ ਸੂਬਾ ਜੀ ਜਿਹੜਾ ਸਿੱਖ ਮੈਜੋਰਟੀ ਸੂਬਾ ਸੀ ਉਸ ਨੂੰ ਖਤਮ ਕਰਕੇ ਜਿਹੜਾ ਨਹਿਰੂ ਨੇ ਉਸ ਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਸੀ ਫਿਰ ਅਸੀਂ ਇਹੀ ਪਹਿਲੀ ਨਵੰਬਰ 1966 ਦਾ ਦਿਨ ਵੀ ਯਾਦ ਕਰਦੇ ਹਾਂ ਜਦੋਂ ਕਿ ਪੰਜਾਬ ਦੇ ਤਿੰਨ ਟੁਕੜੇ ਕਰਕੇ ਹਰਿਆਣਾ ਜਿਹੜਾ ਉਹ ਅੱਧ ਸੂਬਾ ਔਰ ਪੰਜਾਬੀ ਬੋਲਦੇ ਪਹਾੜੀ ਇਲਾਕੇ ਜਿਹੜੇ ਸੀ ਉਹ ਹਿਮਾਚਲ ਨੂੰ ਦੇ ਕੇ ਹਿਮਾਚਲ ਬਣਾ ਦਿੱਤਾ ਔਰ ਪੰਜਾਬ ਨੂੰ ਲੰਗੜਾ ਲੂਲਾ ਕਰਕੇ ਉਸਦੇ ਪਾਣੀ ਖੋਲੇ ਗਏ ਉਸ ਦੀ ਰਾਜਤਾਨੀ ਖੋ ਰਹੀ ਗਈ ਪੰਜਾਬੀ ਬੋਲਦੇ ਇਰਾਕੇ ਖੋ ਰੇ ਗਏ ਇਹ 1 ਨਵੰਬਰ 1966 ਨੂੰ ਕੀਤਾ ਗਿਆ ਸੀ ਔਰ ਜਦੋਂ ਅਸੀਂ 38 ਵਰੇ ਪਹਿਲਾਂ ਦੀ ਸਿੱਖ ਨਸਲ ਖੁਸ਼ੀ ਦੀ ਗੱਲ ਕਰ ਰਹੇ ਹਾਂ ਤੇ ਫਿਰ ਸਾਨੂੰ ਇਹ बार-बार ਨਵੰਬਰ ਹੌਟ ਵੀ ਕਰਦਾ ਹੈ ਪਰ ਸਾਨੂੰ ਇਹ ਯਾਦ دہਾਨੀ ਵੀ ਕਰਵਾਉਂਦਾ ਹੈ ਕਿ ਅਸੀਂ ਜਿੱਥੇ ਜਿਹੜੇ ਸਾਡੇ ਵੀਰ ਭੈਣਾਂ ਇਹ ਸਾਰੇ ਕੱਲੂਖਾਰੇ ਦੇ ਵਿੱਚ ਨੰਬਰ 84 ਦੀ ਨਸਲ ਕਸ਼ਿਚ ਮਾਰੇ ਗਏ ਉਹਨਾਂ ਨੂੰ ਵੀ ਅਸੀਂ ਯਾਦ ਕਰਨਾ ਹੈ ਔਰ ਇੱਕ ਛੋਟੀ ਜਿਹੀ ਨਜ਼ਮ ਨਵਨੀਤ ਸਿੰਘ ਕਲਾ ਹਾਸ ਦੀ ਸੋਸ਼ਲ ਮੀਡੀਆ ਤੇ ਸੀ ਜਿਸ ਤੋਂ ਮੈਨੂੰ ਲੱਗਾ ਕਿ ਭਾਈ ਅਸੀਂ ਜਦੋਂ ਇੱਥੇ ਲਾਈਟ ਤੇ ਕੈਂਡਲ ਕਹਿੰਦੇ ਨੇ ਤੇ ਸਾਡੇ ਤੋਂ ਉੱਥੇ ਹੀ ਹੁੰਦਾ ਸੀ ਕਿ ਭਾਈ ਕੋਈ ਕਦੇ ਕਿਸੇ ਦੀ ਮੜੀ ਤੇ ਦੀਵਾ ਜਗਾ ਦੇ ਤਾਂ ਹੁੰਦਾ ਸੀ ਕਿ ਉਹ ਸਾਨੂੰ ਭੁੱਲਿਆ ਨਹੀਂ ਹੈ ਔਰ ਇਹ ਇਸ ਦਾ ਟਾਈਟਲ ਹੀ ਹੈ ਦੀਵਾ ਮੈਂ ਦੀਵਾ ਜਗਾ ਆਇਆ ਹਾਂ ਵਾਰ ਕੇ ਸ਼ਹੀਦਾਂ ਦੀ ਮੜੀ ਉਤੋਂ ਚਮਕੌਰ ਦੀ ਗੜੀ ਉਤੋਂ ਲਾਹੌਰ ਦੀ ਤੱਤੀ ਤਵੀ ਉਤੋਂ ਚਾਂਦਨੀ ਚੌਂਕ ਦੀ ਥੜੀ ਉਤੋਂ ਮੈਂ ਦੀਵਾ ਜਗਾ ਆਇਆ ਹਾਂ ਵਾਰ ਕੇ ਕੁਪਰ ਹੀੜੇ ਦੀ ਜ਼ੂ ਉਤੋਂ ਜਿੱਥੇ ਵੱਡਾ ਖਲੂਕਾਰ ਹੈ ਵਾਪਸ ਕੁਪਰ ਹੀੜੇ ਦੀ ਜ਼ੂ ਉਤੋਂ ਜਲਿਆਂ ਵਾਲੇ ਬਾਗ ਦੇ ਖੂਤੋਂ ਦਿੱਲੀ ਤੇ ਗੁਜ਼ਰੇ ਕੈਰੋ ਤੋਂ ਬਲਕਾਂ ਥੇ ਹੋਏ ਸ਼ਹਿਰ ਉਤੋਂ ਮੈਂ ਦੀਵਾ ਜਗਾ ਆਇਆ ਹਾਂ ਵਾਰ ਕੇ ਸੰਗੀਨਾ ਦਿਆਂ ਬੱਟਾਂ ਉਤੋਂ ਯੋਧਿਆਂ ਦਿਆਂ ਫੱਟਾਂ ਉਤੋਂ ਹਨੇਰਿਆਂ ਦਿਆਂ ਹਟਾਂ ਉਤੋਂ ਪੁਲੀਆਂ ਚੌਰਾਹਿਆਂ ਤੇ ਦਰਿਆਵਾਂ ਦਿਆਂ ਘਾਟਾਂ ਉਤੋਂ ਮੈਂ ਦੀਵਾ ਜਗਾ ਆਇਆ ਹਾਂ ਵਾਰ ਕੇ ਬਾਪੂ ਦੀ ਕੁਬੀ ਹੋਈ ਕੰਢ ਉਤੋਂ ਸੋਹਾਗਣ ਦੀ ਟੁੱਟੀ ਵਾਂਗ ਉਤੋਂ ਮਾਵਾਂ ਦੇ ਹੌਕਿਆਂ ਉਤੋਂ ਪੈਣਾ ਦੇ ਹਾਵਿਆਂ ਉਤੋਂ ਮੈਂ ਦੀਵਾ ਜਗਾ ਆਇਆ ਹਾਂ ਵਾਰ ਕੇ ਮੋਗੇ ਵਾੜੇ ਰਾਹਾਂ ਉਤੋਂ ਤੇਰੀ ਯਾਦ ਲੈ ਡੂੰਗੇ ਸਾਹਾਂ ਉਤੋਂ ਤੇਰੀ ਪਾਈ ਸਹੀ ਉਤੋਂ ਹਾਂਸਾਂ ਵਾਲੀ ਪਹੀ ਉਤੋਂ ਮੈਂ ਦੀਵਾ ਜਗਾ ਆਇਆ ਹਾਂ ਕਿਉਂਕਿ ਕਿਲਾ ਹਾਂਸ ਉਹ ਪੰਡ ਹੈ ਜਿੱਥੇ ਸਾਡੇ ਯੋਧੇ ਖਰਸਤਾਨ ਰਿਬਰੇਸ਼ਨ ਫੋਰਸ ਦੇ ਜਰਨਲ ਡਾਕਟਰ ਪ੍ਰੀਤਮ ਸਿੰਘ ਸੇਖੋਂ ਉਹਨਾਂ ਦੀ ਜਨਮ ਪੋਈ ਵੀ ਹੈ ਇਸ ਲਈ ਉਹਨਾਂ ਨੇ ਅਖੀਰ ਦੇ ਵਿੱਚ ਹਾਂਸਾਂ ਵਾਲੀ ਪਹਿਹੀ ਦੀ ਗੱਲ ਵੀ ਕੀਤੀ ਸੋ ਅਸੀਂ ਜਿੱਥੇ ਅੱਜ 38 ਵਰੇ ਪਹਿਲਾਂ ਦੇ ਇਸ ਦੁਖਾਂਤ ਨੂੰ ਯਾਦ ਕਰ ਰਹੇ ਹਾਂ ਉੱਥੇ ਮੈਂ ਸਮਝਦਾ ਕਿ ਵੀ ਵਿਰਾਗ ਦੀ ਥਾਂ ਸਾਡਾ ਰਿਜ਼ੋਲਵ ਦੁਹਰਾਇਆ ਜਾਣਾ ਚਾਹੀਦਾ ਹੈ ਇਹ ਸਰੋਂ ਦਾ ਫੁੱਲ ਸਾਨੂੰ ਯਾਦਾਂ ਨਹੀਂ ਕਰਵਾਂਦਾ ਸਾਡਾ ਕੇਸਰੀ ਨਿਸ਼ਾਨ ਖਾਲਸਾਤਾਨ ਦਾ ਝੰਡਾ ਸਾਡਾ ਕੌਮੀ ਸ਼ਹੀਦਾਂ ਦੀ ਯਾਦ ਦੇ ਵਿੱਚ ਦੋ ਵੇੜੇ ਦੀ ਅਰਦਾਸ ਦੇ ਵਿੱਚ ਖਾਲਸਾ ਜੀ ਕੇ ਬੋਲ ਬਾਲੇ ਪੜਨ ਕਿ ਇਹ ਕੱਲੂਕਾਰੇ ਉਦੋਂ ਵਾਪਰਦੇ ਨੇ ਨਸਲ ਕੁਸ਼ੀਆਂ ਉਦੋਂ ਹੁੰਦੀਆਂ ਨੇ ਜਦੋਂ ਤੁਹਾਡੇ ਕੋਲ ਆਪਣੀ ਕਿਸਮਤ ਆਪ ਕੜਨ ਦਾ ਹੱਕ ਨਹੀਂ ਹੁੰਦਾ ਤੁਸੀਂ ਗੁਲਾਮ ਹੁੰਦੇ ਹੋ ਤੁਹਾਡੀ ਕਿਸਮਤ ਦਾ ਫੈਸਲਾ ਕੋਈ ਹੋਰ ਕਰਦਾ ਤੇ ਸਾਡਾ ਇਹ ਰਿਜ਼ੋਲਵ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਤਾਨ ਇੰਡੀਅਨ ਆਰਮੀ ਜੈਕ ਬੂਟ ਤੋਂ ਆਜ਼ਾਦ ਕਰਵਾਉਣੇ ਔਰ ਉਸ ਧਰਤੀ ਦੇ ਉੱਤੇ ਖਾਲਸਤਾਨ ਦੀ ਕਾਇਮੀ ਹੀ ਅਲਟੀਮੇਟਲੀ ਇਹਨਾਂ ਕੱਲੂਕਾਰਿਆਂ ਦੇ ਸ਼ਹੀਦਾਂ ਦੀ ਯਾਦ ਨੂੰ ਠੀਕ ਬਾਨੇ ਦੇ ਵਿੱਚ ਮਨਾਣਾ ਹੋਏਗਾ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਵੀਵਰਜ਼ ਜੇ ਤੁਸੀਂ ਚਾਹੁੰਦੇ ਹੋ ਕਿ ਟੀਵੀ 84 ਐਦਾਂ ਹੀ ਸ਼ੀਤਾਂ ਦੀਆਂ ਗੱਲਾਂ ਬਾਤਾਂ ਸੁਣਾਉਂਦਾ ਰਹੇ ਸੋ ਤੁਸੀਂ ਵੱਧ ਤੋਂ ਵੱਧ ਟੀਵੀ 84 ਦੀ ਸਪੋਰਟ ਕਰੋ ਮਦਦ ਕਰੋ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਦਾ ਸਾਡੀ ਵੈਬਸਾਈਟ ਟੀਵੀ 84.ਟੀਵੀ ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-0137 ਨਿਊ ਲਾਂਗਲੇਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਦੂਸਰਾਂ ਨੂੰ ਫੋਨ ਮੈ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੌਥੇ ਲੈਣੇ ਅਪਰੇਟ ਈਵਰਜ਼ ਤੁਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ